NRI ਪਰਿਵਾਰ ਰਵੀ ਮਾਨ ਅਤੇ ਜਤਿੰਦਰ ਮਾਨ ਵੱਲੋਂ ਉੱਤਮ ਸਿੰਘ ਮਾਨ ਦੀ ਯਾਦ ਵਿੱਚ ਵਰਲਡ ਕੈਂਸਰ ਕੇਅਰ ਨਾਲ ਮਿਲ ਕੇ ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਵਿਖੇ ਡਾਕਟਰ ਢਿੱਲੋਂ ਦੀ ਦੇਖ ਰੇਖ ਹੇਠ ਫ੍ਰੀ ਕੈਂਸਰ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਕੈਂਸਰ ਨਾਲ ਸੰਬੰਧਿਤ ਫ੍ਰੀ ਚੈੱਕਅਪ ਕਰਵਾਏ। ਰਵੀ ਮਾਨ ਅਤੇ ਜਤਿੰਦਰ ਮਾਨ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵੱਲੋਂ ਫਤਿਹਗੜ੍ਹ ਚੂੜੀਆਂ 'ਚ ਲਗਾਇਆ ਗਿਆ ਫ੍ਰੀ ਕੈਂਸਰ ਚੈੱਕਅਪ ਕੈਂਪ। ਉੱਤਮ ਸਿੰਘ ਮਾਨ ਦੀ ਯਾਦ 'ਚ ਲੱਗਾ ਕੈਂਪ, ਵੱਡੀ ਗਿਣਤੀ 'ਚ ਲੋਕਾਂ ਕਰਵਾਏ ਫ੍ਰੀ ਕੈਂਸਰ ਦੇ ਚੈੱਕਅਪ। ਪੰਜਾਬੀ ਗਾਇਕ ਨਛੱਤਰ ਸਿੰਘ ਗਿੱਲ ਦਾ ਲਗਾ ਅਖਾੜਾ। ਇਸ ਮੌਕੇ ਡਾਕਟਰ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਲਗਾਏ ਗਏ ਕੈਂਪ ਵਿੱਚ ਲੋਕਾਂ ਨੇ ਕੈਂਸਰ ਨਾਲ ਸੰਬੰਧਿਤ ਵੱਖ ਵੱਖ ਤਰ੍ਹਾਂ ਦੇ ਚੈੱਕਅਪ ਕਰਵਾਏ ਹਨ, ਜਿਨ੍ਹਾਂ ਦਾ ਲੋਕਾਂ ਨੂੰ ਵੱਡਾ ਲਾਭ ਪਹੁੰਚੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਕੈਂਸਰ ਨੂੰ ਲੈ ਕੇ ਜਾਗਰੂਕ ਹੋਣ ਦੀ ਲੋੜ ਹੈ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਫਤਿਹਗੜ੍ਹ ਚੂੜੀਆਂ ਦੀ SHO ਮੈਡਮ ਰਾਜਵੀਰ ਕੌਰ ਨੇ ਵੀ ਕੈਂਪ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੇ ਲੋਕ ਗਾਇਕ ਨਛੱਤਰ ਗਿੱਲ ਦਾ ਵੀ ਅਖਾੜਾ ਲਗਾਇਆ ਗਿਆ, ਜਿਨ੍ਹਾਂ ਨੇ ਆਪਣੇ ਮਸ਼ਹੂਰ ਲੋਕ ਗੀਤਾਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਦਿਖਾਉਂਦੇ ਹਾਂ ਤੁਹਾਨੂੰ ਵਿਸ਼ੇਸ਼ ਰਿਪੋਰਟ। ਫਤਿਹਗੜ੍ਹ ਚੂੜੀਆਂ ਦਾਣਾ ਮੰਡੀ ਵਿਖੇ ਵਰਲਡ ਕੈਂਸਰ ਕੇਅਰ ਵੱਲੋਂ ਅੱਜ ਕੈਂਸਰ ਦੇ ਚੈੱਕਅਪ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ। ਇਸ ਦਾ ਸਾਰਾ ਜੋ ਸੰਚਾਲਕ ਨੇ ਉਹ ਰਵੀ ਮਾਨ ਨੇ, ਜਿਨ੍ਹਾਂ ਵੱਲੋਂ ਇਹ ਸਾਰਾ ਔਰਗਨਾਈਜ਼ ਕੀਤਾ ਗਿਆ। ਇੱਥੇ ਵਰਲਡ ਕੈਂਸਰ ਕੇਅਰ ਦੀਆਂ ਵੈਨਾਂ ਉਹ ਇੱਥੇ ਪਹੁੰਚੀਆਂ ਅਤੇ ਵੱਖ ਵੱਖ ਤਰ੍ਹਾਂ ਦੇ ਕੈਂਸਰਾਂ ਦੇ ਜਿਹੜੇ ਇੱਥੇ ਮੁਫਤ ਜਿਹੜੇ ਉਹ ਟੈਸਟ ਕੀਤੇ ਜਾ ਰਹੇ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ। ਗੱਲਬਾਤ ਕਰਦੇ ਹਾਂ ਡਾਕਟਰ ਢਿੱਲੋਂ, ਰਵੀ ਮਾਨ ਅਤੇ ਹੋਰਾਂ ਨਾਲ। ਹਾਂਜੀ ਸਰ, ਅੱਜ ਵਰਲਡ ਕੈਂਸਰ ਕੇਅਰ ਵੱਲੋਂ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਆਪਾਂ ਲੋਕਾਂ ਦੇ ਟੈਸਟ ਕਰ ਰਹੇ ਹਾਂ। ਇਹ ਕਿਸ ਤਰ੍ਹਾਂ ਦੇਖਦੇ ਸਰ? ਦੇਖੋ ਜੀ, ਫਸਟ ਆਫ ਆਲ ਤਾਂ ਮੈਂ ਧੰਨਵਾਦ ਕਰ ਦਿੰਦਾ ਜੀ ਰਵੀ ਮਾਨ ਜੀ ਹੋਣਾ ਦਾ। ਉਹਨਾਂ ਦਾ ਜਿਹੜਾ ਬੜਾ ਸੋਹਣਾ ਇਨੀਸ਼ੀਏਟਿਵ ਹੈ, ਅੱਜ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜਾ ਇਹ ਕੈਂਪ ਲੱਗਿਆ ਹੋਇਆ ਮੰਡੀ ਦੇ ਵਿੱਚ, ਔਰ ਵਰਲਡ ਕੈਂਸਰ ਕੇਅਰ ਆਪਣੀਆਂ 4 ਮੋਬਾਈਲ ਬੱਸਾਂ ਲੈ ਕੇ ਪਹੁੰਚੀ ਹੈ। ਜਿਹੜਾ ਵਰਲਡ ਕੈਂਸਰ ਦਾ ਮੇਨ ਕੰਮ ਹੁੰਦਾ ਹੈ, ਕੈਂਸਰ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ, ਉਹਨਾਂ ਦੇ ਲੱਛਣ ਦੱਸਣਾ, ਔਰ ਨਾਲ ਦੀ ਨਾਲ ਟੈਸਟਿੰਗ ਕਰਨੀ। ਟੈਸਟਿੰਗ ਦੇ ਵਿੱਚ ਜਿਹੜੀ ਆ ਮੈਮੋਗ੍ਰਾਫੀ ਟੈਸਟਿੰਗ ਕੀਤੀ ਜਾ ਰਹੀ ਸੀ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ, ਇਸ ਤਰ੍ਹਾਂ ਹੀ ਔਰਤਾਂ ਦੀ ਬੱਚੇਦਾਨੀ ਦੀ ਜਾਂਚ ਵਾਸਤੇ ਟੈਸਟ ਕੀਤੇ ਜਾ ਰਹੇ ਆ, ਬੰਦਿਆਂ 'ਚ ਦੁੱਧਾਂ ਦੀ ਜਿਹੜੀ ਕੈਂਸਰ ਹੈ ਉਹਦੀ ਜਾਂਚ ਕੀਤੀ ਜਾ ਰਹੀ ਹੈ, ਬਲੱਡ ਕੈਂਸਰ ਦੀ ਜਾਂਚ ਕੀਤੀ ਜਾ ਰਹੀ ਹੈ, ਨਾਲ ਦੀ ਨਾਲ ਮੂੰਹ ਅਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ, ਹੱਡੀਆਂ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ, ਦਵਾਈਆਂ ਦਾ ਜਿਹੜਾ ਖੁੱਲ੍ਹਾ ਲੰਗਰ ਹੈ ਉਹ ਚੱਲ ਰਿਹਾ, ਔਰ ਸ਼ੂਗਰ ਹੈ ਬੀ ਪੀ ਓ ਚੈੱਕ ਕੀਤਾ ਜਾ ਰਿਹਾ, ਨਾਲ ਦੀ ਨਾਲ ਲੋਕਾਂ ਦਾ ਲਿਟਰੇਚਰ ਵੰਡਿਆ ਜਾ ਰਿਹਾ, ਔਰ ਡਾਕਟਰੀ ਜਿਹੜੀ ਜਾਂਚ ਉਹ ਵੀ ਕੀਤੀ ਜਾ ਰਹੀ ਹੈ। ਜਿਹੜਾ ਸਾਰਾ ਕੁਛ ਹੈ ਜੀ, ਇਹ ਜਿਹੜਾ ਇਹਦਾ ਮੇਨ ਮੋਟਿਵ ਕੀ ਹੈ ਕਿ ਕੈਂਸਰ ਜਿਹੜਾ ਅਕਸਰ ਲੇਟ ਪਤਾ ਲੱਗਦਾ, ਉਸੇ ਚੀਜ਼ ਨੂੰ ਪਹਿਲੋਂ ਫੜਨ ਵਾਸਤੇ ਜਿਹੜਾ ਇਹ ਕੈਂਪ ਰੱਖਿਆ ਗਿਆ, ਔਰ ਹੁਣ ਤੱਕ ਅਪਰੋਕਸੀਮੇਟਲੀ 100 ਤੋਂ ਉੱਪਰ ਜਿਹੜੇ ਲੋਕ ਪਹੁੰਚ ਚੁੱਕੇ ਆ। ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿਹੜਾ ਲੋਕਾਂ ਨੂੰ ਚੈੱਕਅਪ ਕੀਤਾ ਜਾਵੇ, ਔਰ ਇਸ ਕੈਂਪ ਦੇ ਵਿੱਚ ਜਿਹੜੇ ਵਿਸ਼ੇਸ਼ ਸਹਿਯੋਗ ਪਾ ਰਹੇ ਨੇ ਇਸੇ ਹੀ ਧਰਤੀ ਦੇ ਜਿਹੜੇ ਜੰਪਲ ਰਵੀ ਜਿਹੜੇ ਮਾਨ ਜੀ ਹੈਗੇ ਆ ਆਸਟ੍ਰੇਲੀਆ ਵਾਸੀ, ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਗਿਆ ਸੀ। ਜੋ
ਕਈ ਲੋਕ ਇਸ ਨਾਲ ਜਾਗਰੂਕ ਨਹੀਂ ਆ, ਕੀ ਮੈਸੇਜ ਦੇਣਾ ਚਾਹੁੰਦੇ? ਦੇਖੋ ਮੈਸੇਜ ਇਹੀ ਹੈ ਕਿ ਮੈਂ ਜੇ ਅੰਕੜਿਆਂ ਦੀ ਗੱਲ ਕਰਾਂ ਤਾਂ ਬੜੇ ਭਿਆਨਕ ਅੰਕੜੇ ਨੇ, ਆਪਾਂ ਸੁਚੇਤ ਨਹੀਂ ਰਹਿੰਦੇ, ਤੰਦਰੁਸਤ ਲੋਕਾਂ ਨੂੰ ਜਿਹੜੇ ਜਾਂਚ ਕਰਾਉਣ ਦੀ ਲੋੜ ਹੈਗੀ ਹੈ। 15 ਲੱਖ ਲੋਕਾਂ ਨੂੰ ਇੰਡੀਆ 'ਚ ਹਰ ਸਾਲ ਕੈਂਸਰ ਹੁੰਦਾ, ਜਿਹ 'ਚੋਂ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਉਹਨੂੰ ਪਤਾ ਹੀ ਉਦੋਂ ਲੱਗਦਾ ਜਦੋਂ ਟਾਈਮ ਲੰਘ ਜਾਂਦਾ। ਅਕਸਰ ਆਪਾਂ ਸੁਣਦੇ ਹਾਂ ਫਲਾਣੇ ਨੂੰ ਕੈਂਸਰ ਹੋਇਆ ਆਪਣੇ ਪਿੰਡ ਦੇ ਵਿੱਚ ਦੂਰ ਦੁਰਾਡੇ, ਫਿਰ ਪਤਾ ਲੱਗਦਾ ਕਿ 2-3 ਸਾਲ ਵਿਚਾਰਾ ਉਹ ਬਹੁਤ ਧੱਕੇ ਖਾਂਦਾ, ਲੁਧਿਆਣਾ ਲੈ ਗਿਆ, ਚੰਡੀਗੜ੍ਹ ਲੈ ਗਿਆ, ਉਹ 10 ਲੱਖ ਰੁਪਈਆ ਵੀ ਲਾ ਦਿੰਦਾ, ਪਰ ਉਹ ਬੰਦੇ ਦੀ ਜਾਨ ਨਹੀਂ ਬਚਦੀ। ਜਾਨ ਬਚਣ ਦਾ ਕਾਰਨ ਕੀ ਹੁੰਦਾ ਕਿ ਉਹਨੂੰ ਕੈਂਸਰ ਦੇ ਨਾਂ ਦੇ ਲੱਛਣਾਂ ਬਾਰੇ ਪਤਾ ਸੀ ਕੁਛ, ਉਹ ਕਦੋਂ ਉਹਦੇ ਸਰੀਰ 'ਚ ਬਣਿਆ ਅਤੇ ਕਦੋਂ ਉਹਦੇ ਸਾਰੇ ਅੰਗ ਖਰਾਬ ਕਰਦਾ, ਪੂਰੇ ਸਰੀਰ ਨੂੰ ਉਹਨੇ ਖਰਾਬ ਕਰ ਦਿੱਤਾ। ਸੋ ਇਹ ਕੈਂਪ ਲਾਉਣ ਦਾ ਇਹੀ ਮਕਸਦ ਹੈ ਕਿ ਤੰਦਰੁਸਤ ਲੋਕਾਂ ਨੂੰ ਚੈੱਕ ਕੀਤਾ ਜਾਵੇ, ਉਹ 'ਚੋਂ ਦੇਖਿਆ ਜਾਵੇ ਕਿਤੇ ਕੋਈ ਸਰ੍ਹੋਂ ਦੇ ਦਾਣੇ ਜਿਹਨਾਂ ਨੂੰ ਲੱਛਣ ਬਣਿਆ ਅਤੇ ਉਹਨੂੰ ਆਪਾਂ ਜਨਰਲ ਦਵਾਈ ਨਾਲ ਠੀਕ ਕਰ ਲਈਏ। ਇਹ ਕੈਂਪ ਲਾਉਣ ਦਾ ਇਹੀ ਮਕਸਦ ਹੈ। ਅਮੈਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਇੱਦਾਂ ਦੀ ਜਿਹੜੀ ਹੈ ਉਹ ਕੰਪੇਨ ਚਲਾਈ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਬਿਮਾਰੀ ਤੋਂ ਪਹਿਲਾਂ ਫੜ ਲਿਆ ਜਾਵੇ। ਇਹਦਾ ਇੱਕੋ ਇੱਕ ਮਾਤਰ ਇਹੀ ਇਲਾਜ ਹੈਗਾ। ਇਹ ਮੈਂ ਆਪਣੇ ਫਾਦਰ ਸਾਹਿਬ ਦੀ ਜਾਂਚ ਲਾ ਰਿਹਾ ਜੀ, ਹਾਂਜੀ, ਵਰਲਡ ਕੈਂਸਰ ਕੇਅਰ ਵਾਲੇ ਕੁਲਵੰਤ ਸਿੰਘ ਧਾਰੀਵਾਲ ਉਹਨਾਂ ਵੱਲੋਂ, ਹਾਂਜੀ, ਅਤੇ ਫਰੀ ਸੇਵਾ ਜੀ ਅਤੇ ਕੰਮ ਚੱਲ ਰਿਹਾ ਸਾਰਾ ਵਧੀਆ, ਹਾਂਜੀ। ਅਤੇ ਚਲੋ ਅਸੀਂ ਕਹਿੰਦੇ ਚਾਹੁੰਦੇ ਕਿ ਨਾ ਮੁਰਾਦ ਬਿਮਾਰੀ ਹੈ ਨਾ ਹੀ ਕਿਸੇ ਨੂੰ ਹੋਵੇ। ਮੰਨ ਲਓ ਇਹ ਜਿਹੜੇ ਟੈਸਟ, ਇਹਦੀ ਕੁਛ ਰਿਪੋਰਟਸ ਤਾਂ ਸ਼ਾਮ ਤੱਕ ਆ ਜਾਣੀਆਂ ਜੀ, ਅਤੇ ਕੁਛ ਰਿਪੋਰਟਾਂ ਇਹਦੀਆਂ ਆਫਟਰ 2 ਵੀਕਸ ਆਉਣਗੀਆਂ, ਹਾਂਜੀ। ਅਤੇ ਨੈਕਸਟ ਵੀ ਸਾਡਾ ਉਪਰਾਲਾ ਵਾ, ਨੈਕਸਟ ਮੰਥ ਜਿੱਦਾਂ ਸਾਡੇ ਕਾਲਾ ਫਗਾਨਾ ਜਾਂ ਅਲੀਵਾਲ ਆ ਜੀ, ਹਾਂਜੀ, ਬਟਾਲਾ ਸਾਈਡ 'ਤੇ, ਅਤੇ ਅੱਖਾਂ ਦਾ ਕੈਂਪ ਲਾ ਰਹੇ ਹਾਂ ਜੀ, ਹਾਂਜੀ ਹਾਂਜੀ। ਅਤੇ ਚਲੋ ਸਾਡਾ ਤਾਂ ਛੋਟਾ ਜਿਹਾ ਉਪਰਾਲਾ ਹੀ ਹੈ ਜੀ, ਹਾਂਜੀ। ਨਹੀਂ ਇਹ ਸਾਡੇ ਫਤਿਹਗੜ੍ਹ ਚੂੜੀ 'ਚ ਪਹਿਲਾ ਕੈਂਪ ਹੀ ਹੈ ਜੀ, ਹਾਂਜੀ ਹਾਂਜੀ। ਨਹੀਂ ਸਾਡਾ ਇਹ ਸਟਾਰਟਿੰਗ ਹੈ ਜੀ, ਅੱਗੇ ਜਿੱਦਾਂ ਸਾਡਾ ਫਿਊਚਰ ਪਲਾਨ ਹੈ ਜੀ ਅੱਗੇ, ਹਾਂਜੀ। ਪਲੈਨਿੰਗ ਐਕਚੁਲੀ ਮੈਂ ਜਿਹੜੇ SP ਸਿੰਘ ਬਰਾਏ ਨੇ ਉਹਨਾਂ ਤੋਂ ਬਹੁਤ ਪ੍ਰਭਾਵ ਸੀਗਾ ਜੀ, ਅਤੇ ਉਹਨਾਂ ਨਾਲ ਮੈਂ ਨੈਕਸਟ ਵੀਕ ਦੁਬਈ ਜਾ ਰਿਹਾ, ਹਾਂਜੀ, ਅਤੇ ਜੁਆਇਨ ਕਰ ਰਿਹਾ ਜੀ ਜਿਹੜਾ ਸਰਬੱਤ ਦਾ ਭਲਾ ਚੈਰੀਟੇਬਲ ਹੈ, ਹਾਂਜੀ। ਅਤੇ ਮੇਨ ਸਾਡਾ ਹੈੱਡ ਆਫਿਸ ਜਿਹੜਾ ਪਟਿਆਲੇ ਆ ਜੀ ਅਰਬਨ ਸਟੇਟ, ਅਤੇ ਮੇਨ ਹੈ ਜਿਹੜਾ ਸਾਡਾ ਅਪੈਕਸ ਗਰੁੱਪ ਉਹ ਆਪਣਾ ਦੁਬਈ ਹੈ ਜੀ, ਹਾਂਜੀ। ਅਤੇ ਅੱਗੇ ਸਾਡਾ ਵਿਚਾਰ ਆ ਕਿ ਜਿੱਦਾਂ ਅੱਗੇ, ਅਤੇ ਜਿਹੜੇ ਬਰਾਏ ਸਾਹਿਬ ਉਹਨਾਂ ਦੇ 66 ਦਫ਼ਤਰ ਇੱਥੇ ਇੰਡੀਆ 'ਚ ਨੇ ਅਤੇ 14 ਦਫ਼ਤਰ ਆਲ ਓਵਰ ਵਰਲਡ 'ਚ ਨੇ ਜੀ, ਹਾਂਜੀ, 80 ਟੋਟਲ ਨੇ, ਹਾਂਜੀ। ਅਤੇ ਘੱਟੋ ਘੱਟ 50-60 ਸੰਸਥਾਵਾਂ 'ਤੇ ਕੰਮ ਚੱਲ ਰਿਹਾ ਜੀ, ਸਟੱਡੀ 'ਤੇ, ਡੈਲਸਿਸ 'ਤੇ, ਹੋਰ ਵੀ, ਹਾਂਜੀ, ਪਿੰਡਾਂ ਵਿੱਚ ਬੋਕਸ ਨੇ ਜਿਹੜੇ ਡੈੱਡ ਬੋਡੀਆਂ ਵਾਲੇ, ਉਹ ਆਪਾਂ ਡੋਨੇਟ ਕਰ ਰਹੇ ਹਾਂ ਜੀ। ਲਾਸਟ ਮੰਥ ਆਈ ਥਿੰਕ 50 ਐਂਬੂਲੈਂਸ ਕੀਤੀਆਂ ਨੇ, ਹਾਂਜੀ, ਡੋਨੇਟ ਕੀਤੀਆਂ ਨੇ, ਹਾਂਜੀ। ਬਿਲਕੁਲ ਜੀ, ਬਿਲਕੁਲ, ਹਾਂਜੀ, ਬਿਲਕੁਲ, ਹਾਂਜੀ। ਵੇਖੋ ਆਪਾਂ ਕੋਈ ਵੀ ਕੰਮ ਆ ਸਟਾਰਟਿੰਗ ਦੇ ਵਿੱਚ ਕਈ ਮੁਸ਼ਕਲਾਂ ਵੀ ਆਉਂਦੀਆਂ ਨੇ, ਹਾਂਜੀ, ਕੋਈ ਐਕਸਪੀਰੀਅੰਸ ਨਹੀਂ ਹੁੰਦਾ, ਹਾਂਜੀ। ਹੁਣ ਜਿਉਂ ਜਿਉਂ ਅੱਜ ਕੈਂਪ ਲਾਇਆ ਸਾਨੂੰ ਇਹ ਪਤਾ ਲੱਗ ਗਿਆ ਕਿ ਪ੍ਰਚਾਰ ਕਿੱਦਾਂ ਕਰਨਾ, ਕਿੱਦਾਂ ਸਟਾਰਟਿੰਗ ਵਿੱਚ ਤਾਂ ਥੋੜ੍ਹਾ ਹੁੰਦੀ ਹੈ, ਟਰਬਲ ਹੁੰਦੀ ਹੈ, ਹਾਂਜੀ। ਅਤੇ ਨਾਲੇ ਅਸੀਂ ਆਸਟ੍ਰੇਲੀਆ ਤੋਂ ਆਏ, ਤੁਹਾਨੂੰ ਪਤਾ ਹੋਰ ਵੀ ਥੋੜ੍ਹਾ ਫਰਕ ਪੈ ਜਾਂਦਾ, ਹਾਂਜੀ। ਅਤੇ ਹੁਣ ਫਿਲਹਾਲ ਮੇਰਾ ਇਹੋ ਹੀ ਆ ਕਿ ਅੱਗੇ ਵੱਧ ਤੋਂ ਵੱਧ, ਹਾਂਜੀ, ਸਾਰੇ ਇਹ ਜਿੱਦਾਂ ਫਤਿਹਗੜ੍ਹ ਜਿਹੜੇ ਅੱਗੇ ਜਿੱਦਾਂ ਮਜੀਠੇ ਵਗੈਰਾ ਹੌਲੀ 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 ਆਪਾਂ ਅੱਗੇ ਇਹਨੂੰ ਕਾਫੀ ਲੈ ਕੇ ਜਾਵਾਂਗੇ, ਹਾਂਜੀ। ਅੱਜ ਫਤਿਹਗੜ੍ਹ ਚੂੜੀਆਂ ਵਿੱਚ ਵਰਲਡ ਕੈਂਸਰ ਕੇਅਰ ਕੈਂਪ ਲਗਾਇਆ ਜਾ ਰਿਹਾ ਹੈ, ਜੋ ਰਵੀ ਮਾਨ ਜੀ ਵੱਲੋਂ ਇਹਨਾਂ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਇਹਦੇ ਵਿੱਚ ਸਾਰੇ ਨਗਰ ਵਾਸੀਆਂ ਨੂੰ ਇਹੀ ਅਪੀਲ ਕਰਾਂਗੇ ਕਿ ਸਾਰੇ ਹਿੱਸਾ ਲੈਣ, ਇਹਦੇ ਵਿੱਚ ਆਪਣੇ ਪ੍ਰੀ ਮੈਡੀਕਲ ਟੈਸਟ ਕਰਵਾਉਣ, ਸਾਰੇ BP ਸ਼ੂਗਰ ਕੈਂਸਰ ਕੇਅਰ ਡਿਟੈਕਟਿਵ ਪ੍ਰੀ ਡਿਟੈਕਟਿਵ ਟੈਸਟ ਜਿਹੜੇ ਨੇ ਉਹ ਕਰਵਾਏ ਜਾਣਗੇ। ਸੁਰੱਖਿਆ ਵੱਲੋਂ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਹੋਏਗੀ, ਲਾਅ ਐਂਡ ਆਰਡਰ ਪੂਰਾ ਮੇਨਟੇਨ ਹੋਏਗਾ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਉੱਤਮ ਸਿੰਘ ਜੀ ਮਾਨ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਹੈ, ਅਤੇ ਇਸ ਕੈਂਪ ਦੇ ਔਰਗਨਾਈਜ਼ਰ ਸਾਡੇ ਰਵੀ ਮਾਨ ਭਾਜੀ
ਤੋ ਅੱਗੇ ਅੱਗੇ ਤੋਂ ਵੀ ਇਹ ਉਪਰਾਲੇ ਹੁੰਦੇ ਰਹਿਣਗੇ ਗਾਂ ਵੀ। ਅਸੀਂ ਹੋਰ ਵੀ ਕੈਂਪ ਲਾਉਣੇ ਆ, ਸੋਚਿਆ ਇਹ ਚੀਜ਼ ਬਾਰੇ, ਅਤੇ ਰਵੀ ਮਾਨ ਦੀ ਸੋਚ ਨੂੰ ਹੋਰ ਵੀ ਅੱਗੇ ਵਧਾਉਣਾ ਆਪਾਂ, ਤੋ ਸਾਰੇ ਸਪੋਰਟ ਕਰੀਏ ਰਵੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦਾਸਪੁਰ ਇੱਥੇ ਮੇਰੇ ਮਿੱਤਰ ਰਵੀ ਮਾਨ ਹੁਣਾਂ ਨੇ ਆਪਣਾ ਕੈਂਪ ਲਵਾਇਆ, ਅਤੇ ਬੜੀ ਖੁਸ਼ੀ ਹੋਈ ਆ ਕਿ ਉਹਨਾਂ ਨੇ ਆਣ ਕੇ ਬਾਹਰੋਂ ਇੱਥੇ ਕੈਂਪ ਲਵਾਇਆ ਅਤੇ ਲੋਕ ਭਲਾਈ ਦੇ ਕੰਮ ਕਰਨ ਦੇ ਆ। ਅਤੇ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ, ਜਿੰਨੇ ਵੀ ਮੇਰੇ ਮਿੱਤਰ ਦੋਸਤ ਜੋ ਵੀ ਆ ਬਾਹਰ ਰਹਿੰਦਾ, ਅਤੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਵੀ ਉਹ ਆਪਣਾ ਇੱਥੇ ਇੰਡੀਆ ਆਉਂਦੇ ਆ ਅਤੇ ਇਹੋ ਜਿਹੇ ਲੋਕ ਭਲਾਈ ਦੇ ਕੰਮ ਕਰਨ ਅਤੇ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਕਰਨ, ਜਿਹਦੇ ਵਿੱਚ ਉਹਨਾਂ ਨੂੰ ਮੈਡੀਕਲ ਹੈਲਪ ਹੋਵੇ ਅਤੇ ਉਹ ਆਪਣਾ ਫਿਊਚਰ ਇੱਥੇ ਵਧੀਆ ਬਣਾ ਸਕਣ। ਸੋ ਅੱਜ ਮੈਨੂੰ ਬੜੀ ਖੁਸ਼ੀ ਹੋਈ ਰਵੀ ਮਾਨ ਹੁਣਾਂ ਵੱਲੋਂ ਵੀ ਮੇਰੇ ਮਿੱਤਰ ਨੇ ਮੈਨੂੰ ਯਾਦ ਵੀ ਕੀਤਾ। ਮੈਂ ਸਪੈਸ਼ਲ ਪਟਿਆਲੇ ਤੋਂ ਚੱਲ ਕੇ ਆਇਆ ਇੱਥੇ, ਅਤੇ ਮੇਰੇ ਦੋਸਤ ਲੁਧਿਆਣੇ ਤੋਂ, ਇਹ ਆਪਣਾ ਮੇਰਾ ਮਿੱਤਰ ਲੋਕਲ ਆ ਇੱਥੋਂ, ਅਤੇ ਬੜੀ ਖੁਸ਼ੀ ਹੋਈ ਵੀ ਇਹੋ ਜਿਹੇ ਲੋਕ ਭਲਾਈ ਦੇ ਮੇਰਾ ਵੀਰ ਕੰਮ ਕਰਵਾਇਆ। ਅਤੇ ਇਸੇ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰੇ ਜਿੰਨੇ ਵੀ ਮੇਰੇ ਦੋਸਤ ਬਾਹਰ ਤੋਂ ਆਉਂਦੇ ਆ ਉਹਨਾਂ ਨੂੰ ਕੁਛ ਨਾ ਕੁਛ ਉਪਰਾਲਾ ਜ਼ਰੂਰ ਕਰਨਾ ਚਾਹੀਦਾ, ਜਿਸ ਕਰਕੇ ਲੋਕਾਂ ਦੀ ਭਲਾਈ ਲਈ ਹੋ ਸਕੇ। ਤੁਸੀਂ ਅੱਜ ਆਏ ਹੋ ਇੱਥੇ, ਜੋ ਕੈਂਪ ਲੱਗਾ ਦਾਣਾ ਮੰਡੀ ਵਰਲਡ ਕੈਂਸਰ ਕੇਅਰ ਵੱਲੋਂ ਫ੍ਰੀ ਟੈਸਟ ਕੈਂਸਰ ਦਾ, ਅਤੇ ਚੈੱਕਅਪ ਕਰਾਉਣ ਆਏ ਤੁਸੀਂ ਟੈਸਟ? ਹਾਂਜੀ, ਮਾਨ ਸਾਹਿਬ ਨੇ ਸਾਨੂੰ ਮੈਸੇਜ ਭੇਜਿਆ ਸੀਗਾ, ਅਸੀਂ ਦੋਨੋਂ ਜੀ ਆਏ ਹਾਂ ਅਤੇ ਟੈਸਟ ਕਰਵਾਏ। ਬਹੁਤ ਵਧੀਆ, ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਸ਼ਲਾਘਾ ਯੋਗ ਹੈ ਜੀ, ਸਿਫਤ ਕਰਦੇ ਹਾਂ ਵੀ ਇਹੋ ਜਿਹੇ ਕੰਮ NRI ਬੰਦੇ ਨੂੰ ਕਰਨੇ ਚਾਹੀਦੇ ਆ, ਜੋ ਕਿ ਸਾਡੇ ਇਲਾਕੇ ਨੂੰ ਕਈਆਂ ਕੋਲ ਪੈਸੇ ਘੱਟ ਨੇ, ਫ੍ਰੀ ਸਭ ਕੁਝ ਦਵਾਈਆਂ ਦੇਣ ਡੇ ਜੀ। ਬਹੁਤ ਬਹੁਤ ਅਸੀਂ ਧੰਨਵਾਦੀ ਹਾਂ ਮਾਨ ਸਾਹਿਬ ਦੇ ਜੀ। ਦਿੱਤਾ ਸੈਂਪਲ ਤੁਸੀਂ? ਹਾਂਜੀ ਹਾਂਜੀ, ਦੋਨਾਂ ਨੇ ਜੀ। ਇਹ ਸਨ ਜੀ ਡਾਕਟਰ ਢਿੱਲੋਂ ਅਤੇ ਰਵੀ ਮਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ 'ਚ ਅਸੀਂ ਕੈਂਪ ਲਗਾਇਆ, ਇਸ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ। ਡਾਕਟਰ ਢਿੱਲੋਂ ਨੇ ਕਿਹਾ ਕਿ ਜੋ ਕੈਂਸਰ ਦੀ ਨਾਮੁਰਾਦ ਬਿਮਾਰੀ ਹੈ, ਇਸ 'ਤੇ ਅਸੀਂ ਫ੍ਰੀ ਟੈਸਟ ਕਰ ਰਹੇ ਹਾਂ ਅਤੇ ਲੋਕਾਂ ਨੂੰ ਇਸ ਤੋਂ ਅਸੀਂ ਜਾਗਰੂਕ ਵੀ ਕਰ ਰਹੇ ਹਾਂ ਅਤੇ ਮੁਫਤ ਦਵਾਈਆਂ ਵੀ ਵੰਡ ਰਹੇ। ਡਾਕਟਰ ਢਿੱਲੋਂ ਨੇ ਕਿਹਾ ਕਿ ਇਸ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਲੈਣਾ ਚਾਹੀਦਾ। ਰਵੀ ਮਾਨ ਨੇ ਕਿਹਾ ਕਿ ਅਸੀਂ ਹੋਰ ਵੀ ਫਤਿਹਗੜ੍ਹ ਚੂੜੀਆਂ ਇਲਾਕੇ 'ਚ ਕੈਂਪ ਲਗਾਵਾਂਗੇ ਅਤੇ ਫ੍ਰੀ ਜਿਹੜੇ ਟੈਸਟ ਬੋਡੀ ਟੈਸਟ ਨੇ ਉਹ ਵੀ ਅਸੀਂ ਇੱਥੇ ਸੈਂਟਰ ਖੋਲ੍ਹਾਂਗੇ। ਅਤੇ ਮਰੀਜ਼ਾਂ ਨੇ ਕਿਹਾ ਕਿ ਇਹ ਬੜੀ ਵਧੀਆ ਗੱਲ ਹੈ ਕਿ ਇੱਥੇ ਮੁਫਤ ਜਿਹੜੇ ਅੱਜ ਕੈਂਸਰ ਦੇ ਟੈਸਟ ਕੀਤੇ ਜਾ ਰਹੇ ਨੇ। ਮੇਰੇ ਨਾਲ ਅਰੁਣ ਅਜੇ ਅਤੇ ਅਰੁਣ, ਚਲੋ